ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਛਵੀ ਤੁਹਾਡੇ ਸਭ ਦਾ ਸਵਾਗਤ ਕਰਦੇ ਇਸ ਸ਼ੋਅ ਦੇ ਵਿੱਚ ਜਿਸਦਾ ਨਾਮ ਹੈ ਇਮੀਗ੍ਰੇਸ਼ਨ ਅਪਡੇਟ। ਅਤੇ ਇੱਕ ਵਾਰ ਫਿਰ ਤੋਂ ਸਾਡੇ ਨਾਲ ਨੇ ਕਰੀਅਰ ਓਵਰਸੀਜ਼ ਦੇ MD ਅਤੇ ਵੀਜ਼ਾ ਐਕਸਪਰਟ ਮਿਸਟਰ ਨੀਰਜ ਕੁਮਾਰ ਜੀ। ਨੀਰਜ ਜੀ, ਸਭ ਤੋਂ ਪਹਿਲਾਂ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਨੀਰਜ ਜੀ, ਤੁਸੀਂ ਆਪਣੇ ਕੁਝ ਸ਼ੋਅਜ਼ ਦੇ ਵਿੱਚ ਸਾਈਪ੍ਰਸ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਦਿੱਤੀ ਸੀ ਸਾਨੂੰ, ਸਾਈਪ੍ਰਸ ਬਾਰੇ ਕਾਫੀ ਅਵੇਅਰ ਕੀਤਾ ਸੀ। ਕਿਹੋ ਜਿਹੇ ਰਿਸਪੋਂਸ ਤੁਹਾਨੂੰ ਸਾਈਪ੍ਰਸ ਦਾ ਲੱਗਦਾ? ਹਾਂਜੀ, ਜਿਵੇਂ ਮੈਂ ਪਿੱਛੇ ਜੀ ਸ਼ੋਆਂ ਦੇ ਵਿੱਚ ਜਾਣਕਾਰੀ ਦਿੱਤੀ ਸੀ, ਕਿਉਂਕਿ ਇੱਕ ਤਾਂ ਸਕਸੈਸ ਰੇਟ ਅੱਛਾ ਹੋਣਾ, ਉਸ ਤੋਂ ਬਾਅਦ ਕਈ ਫਾਈਲਾਂ ਅਸੀਂ ਖੁਦ ਜਾਣ ਕੇ ਨਹੀਂ ਲਗਾਈਆਂ ਸਾਈਪ੍ਰਸ ਸਟੱਡੀ ਵੀਜ਼ਾ ਦੀਆਂ। ਇੰਗਲਿਸ਼ ਬੋਲਣੀ ਨਹੀਂ ਆਉਂਦੀ ਸੀ, ਟਰਾਈ ਕਰਾਉਣ ਤੋਂ ਬਾਅਦ ਵੀ ਉਹਨਾਂ ਨੇ ਇੰਗਲਿਸ਼ ਬੋਲਣੀ ਨਹੀਂ ਸਿੱਖੀ। ਅਸੀਂ ਉਹਨਾਂ ਦਾ ਇਨਟੇਕ ਲੇਟ ਕਰਤਾ, ਕਿਉਂਕਿ ਵੀਜ਼ਾ ਉਹਨਾਂ ਨੂੰ ਮਿਲ ਜਾਣਾ ਸੀਗਾ ਪਲੱਸ ਟੂ ਪਾਸ ਬੱਚਿਆਂ ਨੂੰ ਜਾਂ ਦਸਵੀਂ ਪਾਸ ਬੱਚਿਆਂ ਨੂੰ, ਜਿਨ੍ਹਾਂ ਦੀ ਉਮਰ ਵੀ ਜ਼ਿਆਦਾ ਸੀਗੀ। ਬਟ ਉੱਥੇ ਜਾ ਕੇ ਉਹਨਾਂ ਨੂੰ ਕੰਮ ਨਾ ਮਿਲਦਾ, ਕੱਲ੍ਹ ਨੂੰ ਕੰਸਲਟੈਂਟ ਦਾ ਕਹਿੰਦੇ ਜੀ ਇਹ ਕੰਸਲਟੈਂਟ ਨੇ ਸਾਨੂੰ ਭੇਜਿਆ, ਕੰਮ ਤਾਂ ਉੱਥੇ ਹੈ ਨਹੀਂ ਗਾ। ਇੱਕ ਚੀਜ਼ ਸਾਈਪ੍ਰਸ ਸਟੱਡੀ ਵੀਜ਼ਾ ਵਾਸਤੇ ਮੈਂ ਸ਼ੁਰੂ ਤੋਂ ਲੈ ਕੇ ਚੱਲਿਆ ਹੈਗਾ ਔਰ ਦੁਬਾਰਾ ਰਿਪੀਟ ਕਰ ਦੇਣਾ ਹੈਗਾ, ਜਿਹੜੇ ਬੱਚੇ ਦਸਵੀਂ ਪਾਸ ਨੇ, ਬਾਰ੍ਹਵੀਂ ਪਾਸ ਨੇ, ਦਸਵੀਂ ਪਾਸ ਨੇ ਤਾਂ ਵੀ ਸਾਈਪ੍ਰਸ ਜਾਇਆ ਜਾ ਸਕਦਾ, ਯੂਰੋਪੀਅਨ ਕੰਟਰੀ ਹੈ। ਸਾਰਾ ਜਿਹੜਾ ਹੈਗਾ ਟਰੈਵਲ ਐਂਡ ਟੂਰਿਜ਼ਮ ਇੰਡਸਟਰੀ ਉਸ 'ਤੇ ਬੈਕਬੋਨ ਹੈ ਉਹਦੀ। 12 ਮਹੀਨੇ 30 ਦਿਨ ਟੂਰਿਸਟ ਰਹਿੰਦਾ। ਔਰ ਕਿਸੇ ਵੀ ਸਟ੍ਰੀਮ ਦੇ ਵਿੱਚ ਤੁਸੀਂ ਕੋਈ ਸਟੱਡੀ ਕੀਤੀ ਹੈਗੀ ਹੈ, ਤੁਸੀਂ ਇੱਥੇ ਤੁਹਾਨੂੰ ਹੋਟਲ ਮੈਨੇਜਮੈਂਟ ਦਾ ਕੋਰਸ ਮਿਲੇਗਾ, ਟਰੈਵਲ ਟੂਰਿਜ਼ਮ ਦਾ ਕੋਰਸ ਮਿਲੇਗਾ, ਐਡਵਾਂਸ ਡਿਪਲੋਮਾ ਮਿਲਣਗੇ, ਡਿਗਰੀਜ਼ ਵੀ ਮਿਲ ਸਕਦੀਆਂ ਨੇ। ਔਰ ਸਭ ਤੋਂ ਵਧੀਆ ਗੱਲ ਕਰੀਅਰ ਓਵਰਸੀਜ਼ ਚੰਡੀਗੜ੍ਹ ਦੀ ਹੈ ਵੀ 3 ਤੋਂ 4 ਲੱਖ ਰੁਪਏ ਦੇ ਖਰਚੇ ਦੇ ਵਿੱਚ ਤੁਹਾਨੂੰ ਕਰੀਅਰ ਓਵਰਸੀਜ਼ ਸਾਈਪ੍ਰਸ ਦਾ ਸਟੱਡੀ ਵੀਜ਼ਾ ਦੇ ਰਿਹਾ। ਫੀਸ ਜਿਹੜੀ ਹੈਗੀ ਹੈ ਵੀਜ਼ੇ ਤੋਂ ਬਾਅਦ ਜਾਂਦੀ ਹੈਗੀ ਹੈ। ਸਾਈਪ੍ਰਸ ਸਟੱਡੀ ਵੀਜ਼ਾ ਵਾਸਤੇ ਸਾਨੂੰ ਸਿਰਫ ਤੁਹਾਡੇ ਪਾਸਪੋਰਟ, ਫੋਟੋਆਂ, ਦਸਵੀਂ ਜਾਂ ਬਾਰ੍ਹਵੀਂ ਦਾ ਸਰਟੀਫਿਕੇਟ, ਕੋਈ ਆਈਲੈਟਸ ਦੀ ਲੋੜ ਨਹੀਂ, 50% ਮਾਰਕਸ ਜ਼ਰੂਰ ਚਾਹੀਦੇ ਨੇ, ਇਹ ਤੁਸੀਂ ਜ਼ਰੂਰ ਨੋਟ ਕਰਿਆ ਜੇ ਜੀ। 50% ਮਾਰਕਸ ਹੈਗੇ ਆ ਅਤੇ ਕਰੀਅਰ ਓਵਰਸੀਜ਼ ਦਾ ਰਸਤਾ ਫੜੋ। ਇਹ ਨਾ ਸੋਚੋ ਵੀ ਮੈਂ 400 ਕਿਲੋਮੀਟਰ 'ਤੇ ਬੈਠਾ, 700 ਕਿਲੋਮੀਟਰ 'ਤੇ, ਇਹ ਮੇਰੀ ਗਰੰਟੀ ਹੈ। ਕਰੀਅਰ ਓਵਰਸੀਜ਼ ਜੇ ਚੰਡੀਗੜ੍ਹ ਤੁਸੀਂ ਆ ਕੇ ਵਿਜ਼ਿਟ ਕਰਦੇ ਹੋ, 50-60 ਹਜ਼ਾਰ ਰੁਪਇਆ ਤੁਹਾਡਾ ਇਹ ਸਿੱਧਾ ਬਚ ਸਕਦਾ, ਕਿਉਂਕਿ ਸਾਡੇ ਚਾਰਜਿਸ ਬਹੁਤ ਘੱਟ ਨੇ, ਉਹ ਵੀ ਤੁਹਾਡੇ ਸੇਫ, ਵੀ ਤੁਹਾਡਾ ਪੈਸਾ ਖਰਾਬ ਨਾ ਹੋਵੇ, ਤੁਹਾਡਾ ਟਾਈਮ ਨਾ ਖਰਾਬ ਹੋਵੇ। ਅਸੀਂ ਵੀ ਸੋਚਦੇ ਹੈਗੇ ਹਾਂ ਵੀ ਜੇ ਅਸੀਂ ਦਰਸ਼ਕ ਦੀ ਜਗ੍ਹਾ ਹੁੰਦੇ ਔਰ ਸਾਡੇ ਨਾਲ ਜੇ ਵਧੀਆ ਡੀਲਿੰਗ ਰਹੇਗੀ ਤੇ 4 ਗ੍ਰਾਹਕ ਸਾਨੂੰ ਦਿਓਗੇ ਜੀ। ਸਾਈਪ੍ਰਸ ਸਟੱਡੀ ਵੀਜ਼ਾ ਯੂਰੋਪੀਅਨ ਕੰਟਰੀ ਜਿਹੜੀ ਹੈਗੀ ਹੈ, ਇਹਦੇ 'ਚ ਯੂਰੋ ਚੱਲਦਾ ਹੈਗਾ। ਜਿਹੜੇ ਬੱਚੇ 60-70 ਹਜ਼ਾਰ ਰੁਪਏ ਮਹੀਨਾ ਕਮਾਉਣਾ ਚਾਹੁੰਦੇ ਨੇ ਬਟ ਪਹਿਲੇ ਮਿਹਨਤ ਕਰਨਾ ਚਾਹੁੰਦੇ ਨੇ, ਇੰਗਲਿਸ਼ ਸਿੱਖਣਾ ਚਾਹੁੰਦੇ ਨੇ, ਥੋੜ੍ਹੀ ਬਹੁਤੀ ਇੰਗਲਿਸ਼ ਚਾਹੀਦੀ ਹੈ, ਜ਼ਿਆਦਾ ਨਹੀਂ, ਜੇ ਇੱਥੋਂ ਵੀ ਸਾਈਪ੍ਰਸ ਸਟੱਡੀ ਵੀਜ਼ਾ ਵਾਸਤੇ ਜਾਂਦੇ ਨੇ, ਇੱਕ ਤਾਂ ਸ਼ੋਰ ਵੀਜ਼ਾ ਹੈ, 100% ਵੀਜ਼ਾ ਹੈ। ਔਰ ਮੈਂ ਇੱਕ ਗੱਲ ਦੱਸ ਦਿੰਦਾ, ਇਹ ਬਜਟ ਵਾਸਤੇ ਹੈ। ਜਿਹੜੇ ਬੱਚਿਆਂ ਦੀ ਰਿਜੈਕਸ਼ਨ ਹੈ ਆਸਟ੍ਰੇਲੀਆ, ਨਿਊਜ਼ੀਲੈਂਡ, UK ਜਾਂ ਕਿਸੇ ਵੀ ਕੰਟਰੀ ਤੋਂ ਰਿਜੈਕਸ਼ਨ ਹੈ, ਗੈਪ ਜ਼ਿਆਦਾ, ਪੈਸੇ ਫਸਾ ਚੁੱਕੇ ਨੇ, ਬਾਅਦ 'ਚ ਹਿੰਮਤ ਨਹੀਂ ਕਰ ਪਾ ਰਹੇ, ਮਾਂ ਬਾਪ ਕਹਿੰਦੇ ਆ ਬਈ ਹੁਣ ਪੈਸੇ ਨਹੀਂ ਲਾਣੇ, ਤੂੰ ਪੈਸੇ ਖਰਾਬ ਕਰ ਦਿੱਤੇ, ਇੱਕ ਵਾਰ ਮਾਂ ਬਾਪ ਉਸ ਬੱਚੇ ਨਾਲ ਜ਼ਰੂਰ ਆ ਕੇ ਮਿਲਣ। ਔਰ ਸਾਈਪ੍ਰਸ ਦੇ ਬਾਰੇ ਕੋਈ ਵੀ ਡਿਟੇਲ ਚਾਹੀਦੀ ਹੈ, ਯੂਰੋਪੀਅਨ ਕੰਟਰੀ ਹੈ, ਸਾਨੂੰ ਆ ਕੇ ਇੱਕ ਵਾਰ ਪੂਰੀ ਟੇਬਲ 'ਤੇ ਡਿਸਕਸ਼ਨ ਕਰਕੇ ਜੇ ਫਾਈਨਲ ਕਰਦੇ ਹੋ ਤਾਂ ਤੁਹਾਡਾ ਬੈਨੀਫਿਟ ਹੋ ਸਕਦਾ। ਬਿਲਕੁਲ, ਸਾਈਪ੍ਰਸ ਬਾਰੇ ਇੱਕ ਹੋਰ ਗੱਲ ਮੈਂ ਪੁੱਛਣਾ ਚਾਹੂੰਗੀ ਇੱਥੇ ਨੀਰਜ ਜੀ, ਤੁਹਾਡੇ ਕੋਲ ਕਹਿੰਦੇ ਨੇ ਕਿ ਇੱਕ ਪਾਥਵੇ ਹੈ ਵੱਡੀ ਕੰਟਰੀਜ਼ ਵੱਲ ਜਾਣ ਦਾ, ਵੱਡੀ ਕੰਟਰੀਜ਼ ਵੱਲ ਮੂਵ ਕਰਨ ਦਾ, ਇਹ 'ਚ ਕਿੰਨੀ ਕੁ ਸੱਚਾਈ ਹੈ? ਇਹਦੇ ਵਿੱਚ ਸੱਚਾਈ ਜ਼ਰੂਰ ਹੈਗੀ ਹੈ। ਮੈਂ ਇੱਕ ਹੋਰ ਦੱਸਦਾ, ਜਿਹੜੇ ਮੈਂ 10ਵੀਂ ਪਾਸ ਜਾਂ 12ਵੀਂ ਪਾਸ ਜ਼ਿਆਦਾ ਗਿਆ, ਪੈਸੇ ਘੱਟ ਲਾਉਣਾ ਚਾਹੁੰਦੇ ਨੇ, ਸ਼ੋਰ ਵੀਜ਼ਾ ਚਾਹੁੰਦੇ ਨੇ, ਸਾਈਪ੍ਰਸ ਦਾ ਤਾਂ ਜਾਣ ਦਾ ਫਾਇਦਾ ਹੈ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ, ਪਹਿਲੇ ਨਹੀਂ ਪੜ੍ਹਾਈ ਕੀਤੀ, ਗੈਪ ਜ਼ਿਆਦਾ ਆ ਗਿਆ, ਪੜ੍ਹਾਂਗੇ ਕਿਵੇਂ ਸੋਚਦੇ ਹੋ, ਅਤੇ ਕਰੀਅਰ ਓਵਰਸੀਜ਼ ਕੋਲ ਇਸ ਚੀਜ਼ ਦਾ ਵੀ ਜਵਾਬ ਹੈ। ਪਾਥਵੇ ਤਾਂ ਹੈਗਾ, ਇਹ ਸਾਈਪ੍ਰਸ ਯੂਰੋਪੀਅਨ ਕੰਟਰੀ ਹੈ, ਪਾਥਵੇ ਤਾਂ ਵੱਡੀਆਂ ਕੰਟਰੀਆਂ ਦੇ, ਜੇ ਉੱਥੇ 70% ਮਾਰਕਸ ਲੈਂਦੇ ਹੋ, 70% ਅਟੈਂਡੈਂਸ ਰੱਖਦੇ ਹੋ, ਜਿਹੜੇ ਸਾਡੇ ਬੱਚੇ ਗਏ ਨੇ ਉਹ 50-60 ਹਜ਼ਾਰ ਰੁਪਏ ਮਹੀਨਾ ਕਮਾ ਰਹੇ ਨੇ ਬਟ ਮਿਹਨਤ ਕਰ ਰਹੇ ਨੇ, ਇੰਗਲਿਸ਼ ਅੱਛੀ ਬੋਲਣਾ ਸਿੱਖ ਗਏ ਨੇ, ਪਰਸਨੈਲਿਟੀ ਅੱਛੀ ਹੈ, ਤਾਂ ਉਹ ਇਹ ਚੀਜ਼ ਹੋ ਪਾਈ ਹੈ, ਨਾ ਕਿ ਤੁਸੀਂ ਸੋਚੋ ਵੀ ਸਾਰਾ ਕੁਝ ਕੰਸਲਟੈਂਟ 'ਤੇ ਛੱਡਦਾ ਔਰ ਸਾਈਪ੍ਰਸ ਜਾ ਕੇ ਮੈਂ ਅੱਛਾ ਸੈੱਟ ਹੋ ਜਾਵਾਂਗਾ, ਐਵੇਂ ਨਹੀਂ। ਪਹਿਲੇ ਜੋ ਮਰਜ਼ੀ ਹੋਇਆ ਹੈ, ਜੇ ਤੁਸੀਂ ਮਿਹਨਤ ਕਰਨਾ ਚਾਹੁੰਦੇ ਹੋ, ਸ਼ੋਰ ਵੀਜ਼ਾ ਚਾਹੁੰਦੇ ਹੋ, ਪੈਸੇ ਵੀ ਬਚਾਉਣਾ ਚਾਹੁੰਦੇ ਹੋ, ਟਾਈਮ 'ਤੇ ਵੀਜ਼ਾ ਚਾਹੁੰਦੇ ਹੋ, ਤਾਂ ਦੋ ਚੀਜ਼ਾਂ ਪੱਲੇ ਬੰਨ ਲਓ। ਪਹਿਲੇ ਤਾਂ ਕਾਲਜ ਬਾਰੇ ਜ਼ਰੂਰ ਦੇਖੋ, ਕੰਟਰੀ ਬਾਰੇ ਜ਼ਰੂਰ ਪਤਾ ਕਰੋ, ਇਹ ਨਹੀਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਤਾਂ ਤੁਸੀਂ ਸਾਡੇ 'ਤੇ ਵਿਸ਼ਵਾਸ ਕਰੋ। ਜਿਹੜਾ ਸਾਈਪ੍ਰਸ ਹੈ 1.5 ਜਾਂ 2 ਸਾਲ ਦੇ ਵਿੱਚ ਸ਼ੈਨਿੰਗਨ ਦੇ ਵਿੱਚ ਵੀ ਆ ਜਾਊਗਾ। ਜੇ 1.5-2 ਸਾਲ ਦਾ ਜਿਹੜੇ ਅਸੀਂ ਕੋਰਸਿਸ ਦੇ ਰਹੇ ਹੈਗੇ ਹਾਂ ਸ਼ੈਨਿੰਗਨ ਵਾਸਤੇ, 10ਵੀਂ ਪਾਸ ਜਾਂ 12ਵੀਂ ਪਾਸ ਵਾਸਤੇ, ਇਹ ਹੋਟਲ ਮੈਨੇਜਮੈਂਟ, ਬਿਜ਼ਨਸ ਮੈਨੇਜਮੈਂਟ, ਟਰੈਵਲ ਟੂਰਿਜ਼ਮ ਦੇ ਹੈਗੇ, ਜਿਹੜੇ ਤੁਸੀਂ ਰਾਹ ਚੱਲਦੇ ਕਰ ਸਕਦੇ ਹੋ, ਪੜ੍ਹਾਈ ਵੀ ਘੱਟ ਕਰਨੀ ਪੈਂਦੀ ਹੈ, ਪ੍ਰੈਕਟੀਕਲ 'ਚ ਜ਼ਿਆਦਾ ਕੰਮ ਕਰਨਾ ਪੈਂਦਾ ਹੈਗਾ, ਔਰ ਇਹਦੇ ਵਿੱਚ ਇੰਟਰਨਸ਼ਿਪ ਵੀ ਮਿਲਦੀ ਹੈਗੀ ਹੈ, ਔਰ ਇੱਥੋਂ ਪਾਥਵੇ ਵੀ ਮਿਲ ਸਕਦਾ ਹੈਗਾ। ਉਹੀ ਗੱਲ, ਮਿਹਨਤ ਕਰਨੀ ਪਊਗੀ, ਪੜ੍ਹਨਾ ਪਊਗਾ,
ਨਾਲ ਕੰਮ ਸਾਨੂੰ ਪਤਾ ਅਸੀਂ ਜਾਣਦੇ ਹਾਂ ਵਿੱਚ ਤੁਸੀਂ ਇੰਨਾ ਟਾਈਮ ਹੋ ਗਿਆ 8-10 ਸਾਲ ਦਾ ਗੈਪ ਹੋ ਗਿਆ ਪੜ੍ਹੋਗੇ ਕਿਵੇਂ ਇਸ ਚੀਜ਼ ਦਾ ਜਵਾਬ ਸਾਰੇ ਜਦੋਂ ਸਾਡਾ ਸ਼ੋਅ ਆ ਰਿਹਾ ਹੋਵੇ ਧਿਆਨ ਨਾਲ ਪ੍ਰੋਗਰਾਮ ਸੁਣ ਕੇ ਨੰਬਰ ਕਰੀਅਰ ਅਸੀਂ ਚੰਡੀਗੜ੍ਹ ਦਾ ਸੇਵ ਕਰਕੇ ਬਾਅਦ 'ਚ ਸਾਨੂੰ ਫੋਨ ਕਰਦੇ ਹੋ ਅਤੇ ਆ ਕੇ ਮੈਨੂੰ ਮਿਲਦੇ ਹੈਗੇ ਹੋ ਅਤੇ ਗਰੰਟੀ ਹੈਗੀ ਹੈ ਭਾਵੇਂ ਤੁਸੀਂ 500 ਕਿਲੋਮੀਟਰ ਦੂਰ ਬੈਠੇ ਹੋ 200 ਕਿਲੋਮੀਟਰ ਦੂਰ ਬੈਠੇ ਹੋ ਕਰੀਅਰ ਓਵਰਸੀਜ਼ ਦੀ ਇੱਕੋ ਖਾਸੀਅਤ ਤੁਹਾਡਾ ਪੈਸਾ ਅਤੇ ਟਾਈਮ ਬਚਾ ਸਕਦਾ 50-60 ਹਜ਼ਾਰ ਰੁਪਇਆ ਹੋਰਾਂ ਨਾਲੋਂ ਅਸੀਂ ਘੱਟ ਚਾਰਜ ਕਰਦੇ ਹੈਗੇ ਹਾਂ ਔਰ ਕਰਦੇ ਵੀ ਤੁਸੀਂ ਕਹਿੰਦੇ ਮੈਨੂੰ ਵੀਜ਼ਾ ਵੀ ਗਰੰਟੀ ਚਾਹੀਦਾ ਪੈਸੇ ਵੀਜ਼ੇ ਤੋਂ ਬਾਅਦ ਦਿੰਦੇ ਹੋ ਕਰੀਅਰ ਓਵਰਸੀਜ਼ ਵੈਲਕਮ ਕਰਦਾ ਹੈਗਾ ਫਾਈਲ ਵੀ ਅਸੀਂ ਉਹੀ ਲੈਣੀ ਹੈਗੀ ਹੈ ਜਿਹਦੇ ਵਿੱਚ ਤੁਹਾਡਾ ਵੀਜ਼ਾ ਲੱਗਣਾ ਹੈਗਾ ਨਾ ਕਿ ਤੁਹਾਡਾ ਟਾਈਮ ਖਰਾਬ ਕਰਨਾ ਹੈਗਾ ਇੱਥੇ ਨੀਰਜ ਇੱਕ ਹੋਰ ਸਵਾਲ ਮੈਂ ਪੁੱਛਣਾ ਚਾਹੂੰਗੀ ਜਿਹੜੀਆਂ ਐਡਸ ਆਉਂਦੀਆਂ ਨੇ ਵੱਖ ਵੱਖ ਮੈਗਜ਼ੀਨ 'ਚ ਟੀਵੀ 'ਚ ਜਾਂ ਨਿਊਜ਼ ਪੇਪਰ ਦੇ ਵਿੱਚ ਪੈਕੇਜਿਸ ਦੇ ਵਿੱਚ ਬੱਚੇ ਚਲੇ ਜਾਂਦੇ 3.5 ਲੱਖ ਦਾ ਪੈਕੇਜ ਹੈ 4.5 ਲੱਖ ਦਾ ਪੈਕੇਜ ਹੈ ਇਹਨੂੰ ਲੈ ਕੇ ਕਿਤੇ ਨਾ ਕਿਤੇ ਬੱਚੇ ਜਿਹੜੇ ਮਿਸਗਾਈਡ ਹੋ ਜਾਂਦੇ ਉਹਨਾਂ ਨੂੰ ਸਮਝ ਹੀ ਨਹੀਂ ਆਉਂਦਾ ਕਿ ਪੈਕੇਜ ਸਿਸਟਮ ਹੈ ਕੀ ਹੈ ਸਾਈਪ੍ਰਸ ਦੇ ਨਾਂ 'ਤੇ ਵੀ ਬਹੁਤ ਇਹੋ ਜਿਹੇ ਹੈਗੇ ਨੇ ਐਕਸਪਰਟਸ ਹੈ ਜਿਹੜੇ ਕੰਸਲਟੈਂਟਸ ਨੇ ਜਿਹੜੇ ਪੈਕੇਜਿਸ ਨਾਲ ਡੀਲ ਕਰਦੇ ਨੇ ਕੀ ਕਹਿਣਾ ਚਾਹੂੰਗੇ ਕਿ ਬੱਚਿਆਂ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਜਾਂ ਨਹੀਂ ਦੇਣਾ ਚਾਹੀਦਾ ਇਹ ਇੱਕ ਮੈਂ ਸੱਚਾਈ ਦੱਸਣ ਜਾ ਰਿਹਾ ਹੈਗਾ ਜਿਹਦੇ ਵਿੱਚ ਹਰੇਕ ਬੱਚੇ ਨੇ ਜਾ ਕੇ ਕਾਉਂਸਲਿੰਗ ਲਈ ਹੋਏਗੀ ਅਸੀਂ ਵੀ ਪੈਕੇਜ ਦਿੰਦੇ ਹਾਂ ਬਟ ਪੈਕੇਜ ਕਿਹਨੂੰ ਦਿੰਦੇ ਹਾਂ ਕਈ ਬੱਚਿਆਂ ਦੀ ਰਿਜੈਕਸ਼ਨ ਆਈ ਹੁੰਦੀ ਹੈ ਕਿਸੇ ਕੰਟਰੀ ਤੋਂ ਕਹਿੰਦਾ ਜੀ ਮੈਂ ਉਸੇ ਕੰਟਰੀ ਜਾਣਾ ਜਾਂ ਨਾਲ ਦੀ ਸਿਮਿਲੈਰਿਟੀ ਕੋਈ ਵੱਡੀ ਕੰਟਰੀ ਜਾਣਾ ਸਾਈਪ੍ਰਸ ਦਾ ਮੈਂ ਦੱਸਦਾ ਹੈਗਾ ਬਈ ਇਹ ਮੈਂ ਓਵਰਆਲ ਗੱਲ ਤਾਂ ਦੱਸਣ ਜਾ ਰਿਹਾ ਹੈਗਾ ਕਈ ਬੰਦੇ ਸਾਡੇ ਕਈ ਬੱਚੇ ਕਿਸੇ ਨਾ ਕਿਸੇ ਤੋਂ ਰਿਜੈਕਸ਼ਨ ਕਰਵਾ ਕੇ ਆਉਂਦੇ ਨੇ ਵਿਸ਼ਵਾਸ ਨਹੀਂ ਹੁੰਦਾ ਉਸਨੂੰ ਤਾਂ ਪੈਸੇ ਦੇ ਦਿੱਤੇ ਔਰ ਰਿਜੈਕਸ਼ਨ ਵੀ ਆ ਗਈ ਪਤਾ ਵੀ ਲੱਗ ਗਿਆ ਵੀ ਇਹ ਕੰਸਲਟੈਂਟ ਦੀ ਗਲਤੀ ਕਰਕੇ ਹੋਇਆ ਕਸੂਰ ਤੁਹਾਡਾ ਹੁੰਦਾ ਕਿਉਂਕਿ ਤੁਸੀਂ ਹਰ ਚੀਜ਼ ਕੰਸਲਟੈਂਟ 'ਤੇ ਛੱਡੀ ਹੁੰਦੀ ਹੈ ਹੁਣ ਆ ਜਾਓ ਮੇਰੇ ਉੱਪਰ ਕਰੀਅਰ ਓਵਰਸੀਜ਼ ਉੱਪਰ ਅਸੀਂ ਕੀ ਕਰਦੇ ਹਾਂ ਜੇ ਤੁਹਾਨੂੰ ਫੰਡ ਅਰੇਂਜ ਕਰਵਾਉਣੇ ਆ ਅਸੀਂ ਤੁਹਾਨੂੰ ਬੈਂਕ ਤੋਂ ਲੋਨ ਲੈ ਕੇ ਦਿਆਂਗੇ ਚਾਹੇ ਕੋਈ ਕੰਟਰੀ ਹੈਗੀ ਹੈ ਫੀਸ ਜੇ ਤੁਹਾਡੇ ਕੋਲ 3-4 ਲੱਖ ਰੁਪਏ ਦਾ ਬਜਟ ਹੈ ਔਰ ਸਾਈਪ੍ਰਸ ਜਾਂ ਸਿੰਗਾਪੁਰ ਜਾਣਾ ਹੈ ਅਸੀਂ ਵੀਜ਼ੇ ਤੋਂ ਬਾਅਦ ਲਾਂਗੇ ਪੈਕੇਜਾਂ ਦੇ ਵਿੱਚ ਤੁਹਾਡਾ ਕੀ ਨੁਕਸਾਨ ਹੈ ਮੈਂ ਦੱਸ ਦਿੰਦਾ ਹੈਗਾ ਤੁਹਾਨੂੰ ਪਹਿਲੇ ਤਾਂ ਪੈਕੇਜ 4-4.5 ਲੱਖ ਰੁਪਏ ਦਾ ਵੇਚਿਆ ਜਾਊਗਾ ਫੀਸ ਹੁੰਦੀ ਹੈ 3500 ਤੋਂ 4500 ਯੂਰੋ 3500 ਯੂਰੋ ਤੋਂ ਲੈ ਕੇ 4500 ਯੂਰੋ ਜਿਹੜੀ ਵੀਜ਼ੇ ਤੋਂ ਬਾਅਦ ਜਾਂਦੀ ਹੈ ਇਹ ਕੋਈ ਹੋ ਗਿਆ 3.75 ਲੱਖ ਰੁਪਈਆ ਤੁਹਾਨੂੰ ਅਪੋਸਟਾਈਲ ਦੇ ਨਾਮ 'ਤੇ ਕਿਹਾ ਜਾਂਦਾ ਜੀ ਅਪੋਸਟਾਈਲ ਵੀ ਕਰਵਾ ਕੇ ਦਿਆਂਗੇ ਅਸੀਂ ਖੁਦ ਕਰਵਾ ਕੇ ਦਿਆਂਗੇ ਤੁਹਾਡਾ ਅੰਬੈਸੀ ਫੀਸ ਅਸੀਂ ਭਰਾਂਗੇ ਕੋਈ ਅੰਬੈਸੀ ਫੀਸ ਨਹੀਂ ਜਾਂਦੀ ਐਪਲੀਕੇਸ਼ਨ ਮਨੀ ਦਿਆਂਗੇ ਐਪਲੀਕੇਸ਼ਨ ਮਨੀ ਕੋਈ ਨਹੀਂ ਜਾਂਦੀ ਕਰੀਅਰ ਓਵਰਸੀਜ਼ ਦਾ ਮੈਂ ਦੱਸ ਦੇਣਾ ਹੈਗਾ ਮੈਨੂੰ ਹੋਰਾਂ ਦਾ ਤਾਂ ਨਹੀਂ ਪਤਾ ਅਸੀਂ ਪੈਕੇਜ ਨਹੀਂ ਕਰਦੇ ਜੇ ਤੁਸੀਂ ਕਰੀਅਰ ਓਵਰਸੀਜ਼ ਚੰਡੀਗੜ੍ਹ ਅਪਲਾਈ ਕਰਦੇ ਹੋ ਚਾਹੇ ਸਿੰਗਾਪੁਰ ਸਟੱਡੀ ਵੀਜ਼ਾ ਕਰਦੇ ਹੋ ਜਾਂ ਸਾਈਪ੍ਰਸ ਸਟੱਡੀ ਵੀਜ਼ਾ ਕਰਦੇ ਹੋ ਅਸੀਂ ਤੁਹਾਨੂੰ ਦੱਸ ਦੇਣਾ ਵੀ ਆ 25-30 ਹਜ਼ਾਰ ਰੁਪਇਆ ਸਾਡਾ ਖਰਚਾ ਹੈ ਜੀ ਅਪੋਸਟਾਈਲ ਕਰਵਾਉਣੇ ਆ ਜਿਹੜੇ ਡਾਕੂਮੈਂਟ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਪਟਿਆਲਾ ਹਾਊਸ ਤੋਂ ਹੁੰਦੇ ਨੇ 10-12 ਹਜ਼ਾਰ ਦਾ ਉਹ ਖਰਚਾ ਹੈ ਸਾਡੇ ਹੋਰ ਕੋਈ ਖਰਚਾ ਨਹੀਂ ਹੈ ਨਾ ਅਸੀਂ ਕੋਈ ਚਾਰਜ ਕਰਦੇ ਵੀਜ਼ੇ ਤੋਂ ਪਹਿਲੇ ਨਾ ਵੀਜ਼ੇ ਤੋਂ ਬਾਅਦ ਅਸੀਂ ਤੁਹਾਡੇ ਤੋਂ ਉਹ ਚੀਜ਼ਾਂ ਲੈਣੀਆਂ ਨੇ ਜਿਹੜੀਆਂ ਤੁਹਾਡਾ ਖਰਚਾ ਜੇ ਤੁਸੀਂ ਖੁਦ ਵੀ ਕਰੋ ਤੁਹਾਡਾ ਹੋਣਾ ਹੀ ਹੋਣਾ ਔਰ ਸਾਡਾ ਕੋਈ ਖਰਚਾ ਨਹੀਂ ਹੈਗਾ ਹਾਂ ਜੇ ਤੁਸੀਂ ਕਹਿੰਦੇ ਹੋ ਵੀ ਮੈਂ ਸਾਰਾ ਕੁਛ ਹੀ ਵੀਜ਼ੇ ਤੋਂ ਬਾਅਦ ਦੇਣਾ ਪਹਿਲੇ ਕੋਈ ਪੈਸਾ ਨਹੀਂ ਦੇਣਾ ਉਹਦੇ ਕਰਕੇ 30-40 ਹਜ਼ਾਰ ਰੁਪਇਆ ਜ਼ਰੂਰ ਵੱਧ ਸਕਦਾ ਹੈਗਾ ਕਿਉਂਕਿ ਉਸ ਚੀਜ਼ ਵਾਸਤੇ ਅਸੀਂ ਤੁਹਾਡੇ ਵਾਸਤੇ ਇਨਵੈਸਟਮੈਂਟ ਕਰਾਂਗੇ ਔਰ ਫਾਈਲ ਅਸੀਂ ਉਹ ਲਾਂਗੇ ਜਿਹਦਾ ਵੀਜ਼ਾ ਮਿਲਣਾ ਹੈਗਾ ਨਾ ਕਿ ਪੈਸਾ ਖਰਾਬ ਹੋਵੇ ਤੁਹਾਡਾ ਟਾਈਮ ਖਰਾਬ ਹੋਵੇ ਅੱਛਾ ਨੀਰਜ ਜੀ ਕਦੇ ਤੁਹਾਨੂੰ ਨਹੀਂ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਕਿ ਕਿਸੇ ਦਾ ਵੀਜ਼ਾ ਆ ਗਿਆ ਹੋਵੇ ਮੁੜ ਕੇ ਉਹ ਕਹਿੰਦਾ ਹੋਵੇ ਜੀ ਸਰ ਹੁਣ ਮੈਂ ਨਹੀਂ ਜਾ ਸਕਦਾ ਜਾਂ ਹੁਣ ਮੇਰੇ ਪੇਰੈਂਟਸ ਨਹੀਂ ਮੰਨ ਰਹੇ ਜਾਂ ਮੇਰੇ ਕੋਲ ਫੰਡਸ ਅਰੇਂਜ ਨਹੀਂ ਹੋ ਰਹੇ ਪੈਸੇ ਅਰੇਂਜ ਨਹੀਂ ਹੋ ਰਹੇ ਫੀਸ ਦੇ ਦੇਣ ਵਾਲੇ ਕਦੇ ਇੱਦਾਂ ਦਾ ਵਾਕਿਆ ਤੁਹਾਡੇ ਨਾਲ ਵੀ ਹੋਇਆ ਕਿ ਸਟੂਡੈਂਟ ਦੇ ਐਂਡ ਤੋਂ ਤੁਹਾਨੂੰ ਪ੍ਰੋਬਲਮ ਆਉਂਦੀ ਹੋਵੇ ਜੀ ਬਿਲਕੁਲ ਹੁੰਦਾ ਹੈ ਹਰੇਕ ਕੰਸਲਟੈਂਟ ਨਾਲ ਹੁੰਦਾ ਹੈ ਕਈ ਵਾਰ ਸਾਡੇ ਜਿਹੜੇ ਜ਼ਿੰਦਗੀ ਦੇ ਆਪਦੇ ਐਕਸਪੀਰੀਅੰਸ ਵੀ ਕਈ ਵਾਰ ਅਸੀਂ ਸੋਚੇ ਨਹੀਂ ਹੁੰਦੇ ਸਾਡੇ ਨਾਲ ਵੀ ਮਾੜਾ ਹੋ ਜਾਂਦਾ ਔਰ ਐਵੇਂ ਹੀ ਸਾਡੇ ਕੋਲ ਸਟੂਡੈਂਟ ਆਉਂਦੇ ਨੇ ਬੜੀ ਜ਼ਿਆਦਾ ਮਾਂ ਬਾਪ ਵੀ ਕਹਿੰਦੇ ਆ ਜੀ ਮੇਰੇ ਮੁੰਡੇ ਨੂੰ ਭੇਜੋ ਮੇਰੇ ਪੈਸੇ ਖਰਾਬ ਕਰਤੇ ਫਲਾਣੇ ਕੰਸਲਟੈਂਟ ਨੇ ਕਰਤੇ ਉਸਨੇ ਕਰਤੇ ਅਸੀਂ ਕਹਿੰਦੇ ਅਸੀਂ ਕੋਈ ਗੱਲ ਨਹੀਂ ਅੰਕਲ ਜੀ ਪਹਿਲੇ ਤਾਂ ਅਸੀਂ ਸਾਰਾ ਵੇਖਦੇ ਹਾਂ ਉਹਨਾਂ ਦੀ ਘਰ ਦੀ ਕੰਡੀਸ਼ਨ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਵੇਖਣ ਤੋਂ ਬਾਅਦ ਜਦੋਂ ਅਸੀਂ ਵੀਜ਼ਾ ਦਿੰਦੇ ਹਾਂ ਆਪਦੀ ਸਰਵਿਸ ਅਸੀਂ ਇਮਾਨਦਾਰੀ ਨਾਲ ਕਰਦੇ ਹਾਂ ਬਾਅਦ ਦੇ ਵਿੱਚ ਜਿਹੜੇ ਬੱਚੇ ਵੀਜ਼ਾ ਨਹੀਂ ਲੈਣ ਆਉਂਦੇ ਕੋਈ ਗੱਲ ਨਹੀਂ ਬਟ ਅਸੀਂ ਆਪਦੇ ਕੁਛ ਨਾ ਕੁਛ ਪੈਸੇ ਅਸੀਂ ਉਹਨਾਂ ਤੋਂ ਲੈ ਲੈਂਦੇ ਹੈਗੇ ਹਾਂ ਜਾਂ ਅਸੀਂ ਐਗਰੀਮੈਂਟ ਕਰਵਾਉਂਦੇ ਹਾਂ ਵੀ ਆਹ 30-35 ਹਜ਼ਾਰ ਰੁਪਇਆ ਅਸੀਂ ਤੁਹਾਡੇ ਤੋਂ ਲੈਣਾ ਹੀ ਲੈਣਾ ਵੀਜ਼ਾ ਲੱਗਿਆ ਨਾ ਲੱਗਿਆ ਬਟ ਇੱਕੋ ਚੀਜ਼ ਕਰੀਅਰ ਓਵਰਸ ਦੀ ਹਮੇਸ਼ਾ ਖਾਸੀਅਤ ਰਹੀ ਹੈ ਜਿਹੜੀ ਫਾਈਲ ਲੱਗਣੀ ਹੈ ਜਿਹਦਾ ਵੀਜ਼ਾ ਆਉਣਾ ਹੈ ਉਹਦਾ ਹੀ ਮੈਂ ਵੀਜ਼ਾ ਲਾਂਗਾ ਫਾਈਲ ਲਵਾਂਗਾ ਇੱਕ ਗੱਲ ਹੋਰ ਦੱਸ ਦੇਣਾ ਹੈਗਾ ਮੈਂ ਜਿਹੜੇ ਬੱਚਿਆਂ ਦੀ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਤੋਂ ਰਿਜੈਕਸ਼ਨ ਆਈ ਹੈ ਵੱਡੀਆਂ ਕੰਟਰੀਆਂ ਅਸੀਂ ਸਾਰੀ ਕਰਦੇ ਹੈਗੇ ਹਾਂ ਸੇਮ ਕੰਟਰੀ ਜਾਣਾ ਇੱਕ ਵਾਰ ਰਿਫਿਊਜ਼ਲ ਲੈ ਕੇ ਆਓ ਜੇ ਸ਼ੈਨੇਗਨ ਕੰਟਰੀ ਜਾਣਾ ਹੈ ਜਾਂ USA ਸਟੱਡੀ ਵੀਜ਼ਾ ਵਾਸਤੇ ਵੀ ਜਾਣਾ ਹੈ ਰਿਜੈਕਟਿਡ ਕੇਸਿਸ USA USA ਸਟੱਡੀ ਵੀਜ਼ਾ ਵਾਸਤੇ ਅਪਲਾਈ ਕਰ ਸਕਦੇ ਨੇ +2 ਪਾਸ ਨੇ 50% ਮਾਰਕਸ ਨੇ USA ਸਟੱਡੀ ਵੀਜ਼ਾ ਵਾਸਤੇ ਜਾਣਾ ਹੈ ਔਰ 3-4 ਸਾਲ ਦਾ ਗੈਪ ਹੈ ਆਈਲੈਟਸ ਨਹੀਂ ਕੀਤੀ ਕੋਈ ਗੱਲ ਨਹੀਂ
यूएसए स्टडी वीजा वास्ते भी करियर ओवर सी तुहाडे तों कोई चार्ज नहीं करेगा। 10 मिनट एक मिनट कॉल करूं कॉल आ रहा है जी। बिल्कुल दर्शकों, वक् वक् कंट्रीज़ की ऑप्शनस है, लेकिन हूँ ऑप्शन इन्निया ज़्यादा होंगे ने नीरज जी कि बच्चे जोड़े है वह कित ना कि कन्फ्यूज हो जाते हैं कि हूँ विदाउट आयल्स जी सिंगापुर भी जा सकते जी, साइप्रस भी जा सकते जी, यूएसए भी जा सकते हैं। तो तुम्हें कि लगता कि सोच समझ के हूँ स्टूडेंट्स को जोड़ा है अपने एंड से डिसीजन लेना चाहिए जी। एक मैं गल हमेशा दसदा आना है, आपकी चादर वेख के पैर पसारो, ये देखो बई मैं जो कि कंट्री जाना मेरा इंग्लिश लेवल की है। ਵੱਡੀਆਂ ਕੰਟਰੀਆਂ ਦੇ ਸੁਪਨੇ ਲੈਂਦੇ ਹੋ ਫਿਰ ਬੈਂਡ ਨਹੀਂ ਲੈ ਸਕਦੇ, ਗੈਪ ਜ਼ਿਆਦਾ ਹੋ ਗਿਆ, ਪੈਸੇ ਦਾ ਅਰੇਂਜਮੈਂਟ ਨਹੀਂ ਹੈ। ਅਤੇ ਤੁਸੀਂ ਜਿਹੜੀ ਸਿੰਗਾਪੁਰ ਹੋ ਗਿਆ, ਸਾਈਪ੍ਰਸ ਹੋ ਗਿਆ, ਇਹ ਕੰਟਰੀਆਂ ਵਿੱਚ ਪੜ੍ਹ ਕੇ ਵੀ ਤੁਸੀਂ ਪਾਥਵੇ ਲੈ ਕੇ ਜਾ ਸਕਦੇ ਹੋ ਸਬਜੈਕਟ ਟੂ। ਥੋੜ੍ਹੀ ਜਿਹੀ ਮਿਹਨਤ ਕਰਨੀ ਪੈਣੀ ਹੈ, ਇਹ ਨਹੀਂ ਹੈ ਵੀ ਮੈਂ ਉੱਥੇ ਜਾ ਕੇ ਮਿਹਨਤ ਨਹੀਂ ਕਰਨੀ, ਕਮਾਈ ਕਰਨੀ ਹੈ ਅਤੇ ਕੋਈ ਫਾਇਦਾ ਨਹੀਂ ਹੈ। ਜਿੰਨਾ ਕੁ ਖੂਹ ਦੀ ਮਿੱਟੀ ਖੂਹ ਨੂੰ ਲੱਗਣੀ ਹੈ, ਜਿੰਨੇ ਕੁ ਪੈਸੇ ਦੇ ਕੇ ਜਾਓਗੇ ਉੱਨੇ ਕੁ ਪੈਸੇ ਲੈ ਆਉਂਗੇ। ਤੁਹਾਨੂੰ ਬਾਹਰ ਤਾਂ ਭੇਜਿਆ ਜਾਂਦਾ ਹੈਗਾ ਬਈ ਅੱਗੇ ਰਸਤਾ ਵੇਖੋ, ਇਹ ਨਹੀਂ ਹੈ ਵੀ ਡੌਂਕੀ ਮਾਰੋ। ਡੌਂਕੀ ਨਹੀਂ, ਪੜ੍ਹਾਈ ਕੀਤੀ, ਅੱਗੇ ਕਈ ਕਾਲਜ ਐਵੇਂ ਦੇ, ਸਾਨੂੰ ਸ਼ੁਰੂ ਤੋਂ ਆਪਦਾ ਪਲੈਨ ਦੱਸੋ, ਨਹੀਂ ਤਾਂ ਅਸੀਂ ਤੁਹਾਨੂੰ ਦੱਸਾਂਗੇ ਉਹਨੂੰ ਫੋਲੋ ਕਰੋ। ਜੇ ਪੜ੍ਹੋਗੇ ਪਾਥਵੇ ਅੱਗੇ 70-75% ਮਾਰਕਸ ਜਿਹੜੀ ਵੀ ਕੰਟਰੀ ਜਾਂਦੇ ਹੋ ਲੈਂਦੇ ਹੈਗੇ ਹੋ, ਏ ਗ੍ਰੇਡ ਅਟੈਂਡੈਂਸ ਵੀ ਪੂਰੀ ਹੋਣੀ ਚਾਹੀਦੀ ਹੈ ਅਤੇ ਤੁਹਾਨੂੰ ਅੱਗੇ ਪਾਥਵੇ ਮਿਲ ਸਕਦਾ ਹੈਗਾ। ਜਿਹੜਾ ਸਾਈਪ੍ਰਸ ਦਾ ਅੱਜ ਜਿਹੜਾ ਮੇਰਾ ਟੋਪਿਕ ਸੀਗਾ, ਸਾਈਪ੍ਰਸ ਸਟੱਡੀ ਵੀਜ਼ਾ ਵਾਸਤੇ ਇੱਥੇ 100% ਵੀਜ਼ਾ ਆ ਰਹੇ ਨੇ। ਸਾਈਪ੍ਰਸ ਬਾਰੇ ਕੋਈ ਵੀ ਦਿਮਾਗ ਦੇ ਵਿੱਚ ਨੈਗੇਟਿਵ ਜਾਂ ਪੋਜ਼ਿਟਿਵ ਕੁਐਸਚਨ ਆਉਂਦਾ, ਸਾਈਪ੍ਰਸ ਜਾਣਾ ਚਾਹੁੰਦੇ ਹੋ, 18-35 ਸਾਲ ਦੀ ਉਮਰ ਹੈ, ਸਪਾਊਸ ਨਾਲ ਜਾਣਾ ਚਾਹੁੰਦੇ ਹੋ, ਸ਼ੋਰ ਵੀਜ਼ਾ ਚਾਹੁੰਦੇ ਹੋ, ਔਰ ਸਾਨੂੰ ਵੀ ਪਤਾ ਵੀ ਤੁਸੀਂ ਤੁਹਾਡਾ ਪੜ੍ਹਾਈ ਨਾਲ ਗੈਪ ਕਾਫੀ ਹੋ ਗਿਆ, ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ ਜਾਂ ਇੰਗਲਿਸ਼ 'ਚੋਂ ਵੀਕ ਹੈਗੇ ਹੋ, ਉਹਦੇ ਵਾਸਤੇ ਵੀ ਅਸੀਂ ਸਪੈਸ਼ਲ ਕਲਾਸਿਸ ਦੇ ਰਹੇ ਹੈਗੇ ਹਾਂ। ਸਾਡਾ ਲੁਧਿਆਣੇ ਵੀ ਆਫਿਸ ਹੈਗਾ, ਦਾਣਾ ਮੰਡੀ ਦੇ ਵਿੱਚ ਸਾਨੂੰ ਆ ਕੇ ਤੁਸੀਂ ਮਿਲ ਸਕਦੇ ਹੈਗੇ ਹੋ। ਇਹ ਸਾਰੀਆਂ ਚੀਜ਼ਾਂ ਦਾ ਇੱਕੋ ਤੱਤ ਹੈਗਾ ਕਰੀਅਰ ਓਵਰਸੀਜ਼। ਜੇ ਤੁਸੀਂ ਅੱਜ ਸਾਡਾ ਸ਼ੋਅ ਦੇਖ ਰਹੇ ਹੈਗੇ ਹੋ ਅਤੇ ਕਰੀਅਰ ਓਵਰਸੀਜ਼ ਚੰਡੀਗੜ੍ਹ ਜਹਿਨ 'ਚ ਰੱਖੋ, ਨੰਬਰ ਸੇਵ ਕਰੋ, ਵਟਸਐਪ 'ਤੇ ਸਾਡੇ ਨਾਲ ਅਪੁਆਇੰਟਮੈਂਟ ਲਓ ਜਾਂ ਸਿੱਧਾ ਫੋਨ ਕਰਕੇ ਲਓ। ਇੱਕ ਵਾਰ ਆ ਕੇ ਮਿਲਦੇ ਹੋ ਤਾਂ ਤੁਹਾਡਾ ਪੈਸਾ ਅਤੇ ਟਾਈਮ ਬਚ ਸਕਦਾ ਹੈ, ਔਰ ਸ਼ੋਰ ਵੀਜ਼ਾ ਲੈ ਕੇ ਦਿਆਂ ਜੀ। ਬਿਲਕੁਲ ਦਰਸ਼ਕੋ, ਯਾਨੀ ਕਿ ਅਸੈਸਮੈਂਟ ਕਰਾਉਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਹੈ। ਤੁਹਾਨੂੰ ਦੇਖਣਾ ਚਾਹੀਦਾ ਕਿ ਕਿਹੜੀ ਕੰਟਰੀ ਵਾਸਤੇ ਤੁਹਾਡਾ ਐਲੀਜੀਬਿਲਟੀ ਕ੍ਰਾਈਟੀਰੀਆ ਮੀਟ ਕਰਦਾ, ਤੁਹਾਡੀ ਆਪਣੀ ਜਿਹੜੀ ਪੋਕਿਟ ਤੁਹਾਨੂੰ ਕਿੰਨਾ ਕੁ ਅਲਾਓ ਕਰਦੀ ਹੈ, ਅਤੇ ਬੱਚਿਆਂ ਦਾ ਜਿਹੜਾ ਕੈਲੇਬਰ ਆ ਉਹ ਕਿੰਨਾ ਕੁ ਹੈਗਾ, ਇਹ ਪੇਰੈਂਟਸ ਨੂੰ ਵੀ ਵੇਖਣਾ ਚਾਹੀਦਾ ਅਤੇ ਸਾਰੇ ਸੋਚ ਸਮਝ ਕੇ ਚੀਜ਼ਾਂ ਦਾ ਇੱਕ ਨਿਚੋੜ ਕੱਢ ਕੇ ਜਿਹੜਾ ਤੁਹਾਨੂੰ ਡਿਸੀਜਨ ਲੈਣਾ ਚਾਹੀਦਾ ਹੈ। ਇਸ ਸ਼ੋਅ ਦੇ ਵਿੱਚ ਤਾਂ ਅਸੀਂ ਤੁਹਾਨੂੰ ਆਉਂਦੇ ਹਾਂ ਅਵੇਅਰ ਕਰਨ ਲਈ, ਲੇਕਿਨ ਫਿਰ ਵੀ ਜਿਹੜਾ ਹੈਗਾ ਹੈ ਅਸੀਂ ਕਿਸੇ ਨੂੰ ਪ੍ਰਮੋਟ ਨਹੀਂ ਕਰਦੇ, ਅਸੀਂ ਸਿਰਫ ਉਹਨਾਂ ਦੇ ਐਕਸਪੀਰੀਅੰਸਿਸ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤਾਂ ਅੱਜ ਹੀ ਤੁਹਾਡੇ ਲਾਈਫ ਦੇ ਡਿਸੀਜਨਸ ਨੂੰ ਲੈਣ ਲਈ ਤੁਹਾਨੂੰ ਜਿਹੜੀ ਥੋੜ੍ਹੀ ਜਿਹੀ ਸੌਖ ਹੋ ਸਕੇ। ਸੋ ਇਸ ਸ਼ੋਅ ਦੇ ਵਿੱਚ ਅਸੀਂ ਕੋਸ਼ਿਸ਼ ਜ਼ਰੂਰ ਕੀਤੀ ਹੈ ਤੁਹਾਨੂੰ ਕਾਫੀ ਹੱਦ ਤੱਕ ਜਾਣਕਾਰੀਆਂ ਦੇਣ ਦੀ, ਜਿਹੜੇ ਕਿ ਵਿਦਆਊਟ ਆਇਲ ਸਟੂਡੈਂਟ ਜਾਣਾ ਚਾਹੁੰਦੇ ਨੇ, ਗੈਪ ਬਹੁਤ ਜ਼ਿਆਦਾ ਨੇ। ਇੱਕ ਆਖਰੀ ਸਵਾਲ ਮੈਂ ਪੁੱਛਣਾ ਚਾਹੂੰਗੀ, ਹੁਣ ਜਿਹੜੇ ਵੀ ਇਨਟੇਕਸ ਆ ਰਹੇ ਨੇ, ਹੈ ਨਾ, ਬੱਚੇ ਹਫੜਾ ਦਫੜੀ ਦੇ ਵਿੱਚ ਜੀ ਕਿਤੇ ਮੇਰਾ ਇਨਟੇਕ ਮਿਸ ਨਾ ਹੋ ਜੇ, ਮੈਂ ਛੇਤੀ ਫਾਈਲ ਲਗਵਾ ਲਾਂ, ਕਿਸੇ ਵੀ ਕੰਸਲਟੈਂਟ ਕੋਲ ਚਲੇ ਜਾਂਦੇ ਨੇ, ਹੁਣ ਤੁਸੀਂ ਸਟੂਡੈਂਟਸ ਨੂੰ ਕੀ ਐਡਵਾਈਸ ਦੇਣਾ ਚਾਹਾਂਗੇ ਜਿਨ੍ਹਾਂ ਨੇ ਰੀਸੈਂਟਲੀ ਆਪਣੇ ਐਗਜ਼ਾਮਸ ਪਾਸ ਕੀਤੇ ਨੇ, ਇਨਟੇਕਸ ਵਾਸਤੇ ਬੜੀ ਕਾਲ ਉਹ ਕਰ ਰਹੇ ਨੇ, ਕੀ ਕਹਿਣਾ ਚਾਹੋਗੇ ਸਟੂਡੈਂਟਸ ਨੂੰ? ਜਿਹੜੇ ਬੱਚਿਆਂ ਨੇ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਯੂਕੇ, ਯੂਐਸਏ ਅਪਲਾਈ ਕਰਨਾ, ਇਨਟੇਕ ਦਾ ਜ਼ਿਆਦਾ ਨਾ ਸੋਚਿਆ ਕਰੋ। ਨੋ ਡਾਊਟ ਸਾਨੂੰ ਵੀ ਪਤਾ ਹੈਗਾ ਵੀ ਸਪਟੈਂਬਰ ਦਾ ਇਨਟੇਕ ਹੈ। ਦੇਖੋ ਜਿਹੜਾ ਹੈਗਾ ਨਿਊਜ਼ੀਲੈਂਡ, ਇਹਦੇ ਆਏ ਮਹੀਨੇ ਇਨਟੇਕ ਹੈ, ਸਿੰਗਾਪੁਰ ਆਏ ਮਹੀਨੇ ਇਨਟੇਕ ਹੈ, ਜਿਹੜੇ ਬਾਕੀ ਕੰਟਰੀਜ਼ ਨੇ 3 ਮਹੀਨੇ ਬਾਅਦ ਇਨਟੇਕ ਹੈ। ਪਹਿਲੇ ਆਪਦਾ ਇੰਗਲਿਸ਼ ਲੈਵਲ ਅੱਛਾ ਕਰੋ, ਔਰ ਜੇ ਇੱਕ ਗੱਲ ਮੈਂ ਜਿਹੜੀ ਮੇਨ ਨੈਟ ਸ਼ੈਲ ਦੇ ਵਿੱਚ ਹੈ, ਵੀਜ਼ਾ ਚਾਹੀਦਾ। ਜੇ ਇਹ 3-4 ਮਹੀਨੇ ਦਾ ਗੈਪ ਵੀ ਹੋ ਗਿਆ, ਐਵਰੀ 3 ਮਹੀਨੇ ਬਾਅਦ ਹਰੇਕ ਕੰਟਰੀ ਦਾ ਇਨਟੇਕ ਆਉਂਦਾ, ਜੇ 3 ਮਹੀਨੇ ਦਾ ਗੈਪ ਜ਼ਿਆਦਾ ਵੀ ਹੋ ਗਿਆ ਤਾਂ ਕੋਈ ਚੱਕਰ ਨਹੀਂ ਹੈ, ਇੰਨਾ ਤੁਹਾਨੂੰ ਕਰਨ ਦੀ ਲੋੜ ਨਹੀਂ ਹੈ। ਤੁਸੀਂ ਕਲੈਰੀਫਾਈ ਕਰ ਸਕਦੇ ਹੋ, ਚਾਹੇ ਕੈਨੇਡਾ ਜਾਣਾ, ਆਸਟ੍ਰੇਲੀਆ ਜਾਣਾ, ਨਿਊਜ਼ੀਲੈਂਡ, ਤੁਸੀਂ ਕਲੈਰੀਫਾਈ ਕਰ ਸਕਦੇ ਹੋ ਵੀ ਮੈਂ ਇਸ ਕਰਕੇ ਰਹਿ ਗਿਆ ਸੀਗਾ, ਮੇਰੇ ਬੈਂਡ ਜਿਹੜੇ ਆਈਲੈਟਸ ਦਾ ਸਰਟੀਫਿਕੇਟ ਲੇਟ ਆਇਆ ਸੀ, ਇਹਦੇ ਕਰਕੇ ਵੀ ਉਹ ਸੁਣਦੇ ਨੇ, ਤੁਹਾਨੂੰ ਵੀਜ਼ਾ ਮਿਲ ਸਕਦਾ। ਕਿਸੇ ਵੀ ਕੰਟਰੀ ਦਾ ਵੀਜ਼ਾ ਲੈਣਾ ਹੈਗਾ, ਇੱਕ ਵਾਰ ਕਰੀਅਰ ਓਵਰਸੀ ਚੰਡੀਗੜ੍ਹ ਆ ਕੇ ਜ਼ਰੂਰ ਮਿਲੋ, ਚਾਹੇ ਕੋਈ ਮਰਜ਼ੀ ਕੰਟਰੀ ਦਾ ਟੂਰਿਸਟ ਵੀਜ਼ਾ ਅਤੇ ਚਾਹੇ ਸਟੱਡੀ ਵੀਜ਼ਾ। ਬਿਲਕੁਲ ਦਰਸ਼ਕੋ, ਸੋ ਵਿਹਲਾ ਹੋ ਚੱਲੇ, ਇਜਾਜ਼ਤ ਲੈਂਦਾ ਨੀਰਜ ਜੀ, ਸ਼ੋਅ 'ਤੇ ਆਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਦਰਸ਼ਕੋ। ਇਸੇ ਦੇ ਨਾਲ ਬਣੀ ਯਾਨੀ ਕਿ ਛਵੀ ਤੋਂ ਇਜਾਜ਼ਤ, ਧੰਨਵਾਦ।